ਛੋਟੀਆਂ ਛੋਟੀਆਂ ਮੁਸ਼ਕਿਲਾਂ ਦੇ ਸਾਈਆਂ ਦੇ ਗੁਲਾਮ ਨਹੀਂ ਹੱਲ ਕਰ ਸਕਦੇ। ਹੋ ਸਕਦਾ
ਇਹਨਾਂ ਆਖਿਆ ਮਾਮੂਲੀ ਮੁਸ਼ਕਿਲ ਨਹੀਂ, ਬਹੁਤ ਵੱਡੀ ਮੁਸ਼ਕਿਲ ਹੈ। ਇਸ ਵਾਸਤੇ ਅਸਾਂ ਇਮਾਮ ਕੋਲ ਆਇਆ ਹੈ। ਮਾਰੂਫ ਕਰ ਕੇ ਦੀਵਾਰ ਨਹੀਂ, ਤੁਸੀਂ ਬਿਆਨ ਤਾਂ ਕਰੋ ਕਿਹੜੀ ਮੁਸ਼ਕਿਲ ਹੈ। ਯਾ ਦਿਨ ਦਰਿਆ ਨੇ ਸਾਡੀ ਬਸਤੀ ਦੇ ਪਾਸੇ ਮੂੰਹ ਕਰਕੇ ਗਾਲ ਆਈ ਹੋਈ। ਅਸਾਂ ਬੜੇ ਬਲ ਬਲਾਏ, ਬੜੀਆਂ ਤਦਬੀਰਾਂ ਕੀਤੀਆਂ, ਕੋਈ ਹਰਬਾ ਕਾਰਗਰ ਨਹੀਂ ਹੋਇਆ। ਇਸ ਵਾਸਤੇ ਮਜਬੂਰ ਹੋ ਕੇ ਉਹ ਸਰਕਾਰ ਦੇ ਕੋਲ ਆਇਆ ਜੋ ਇੰਤਜ਼ਾਰ ਕਰਦੇ ਹੈ। ਸਰਕਾਰ ਦੁਆ ਫਰਮਾਵੇ ਕਿ ਸਾਡੀ ਬਸਤੀ ਤੋਂ ਦਾ ਦਰਿਆ ਦੀ ਰੁਕ ਜਾ। ਮਾਰੂਫ ਸਰ ਕੀ ਤਰ੍ਹਾਂ ਇਹਨਾਂ ਦੀ ਗੱਲ ਸੁਣੀ, ਇਹਨਾਂ ਦੇ ਪਾਸੇ ਵੇਖ ਕੇ ਮੁਸਕਰਾ ਕੇ ਫਰਮਾਇਆ, ਨਿਭਾ ਸੁਣੀ ਕਿਹਦੇ ਕੰਮ ਵਾਸਤੇ ਮੇਰੇ ਕੰਮ ਨੂੰ ਤਕਲੀਫ ਲੈ, ਇਹ ਤਾਂ ਮੈਂ ਹੀ ਤੁਹਾਡੀ ਮੁਸ਼ਕਿਲ ਹੱਲ ਕਰ ਦਿਆ। ਇਹਨਾਂ ਆਖਿਆ ਇਹ ਨਿੱਕਾ ਜਿਹਾ ਕੰਮ ਹੈ। ਮਾਰੂਫ ਸਰ ਕੀ ਆਖਿਆ, ਤੁਹਾਡੇ ਵੇਖਣ ਬੇਸ਼ੱਕ ਬੜਾ ਵੱਡਾ ਕੰਮ ਹੈ, ਮਗਰ ਮੇਰੇ ਵੇਖਣ ਚ ਕੋਈ ਵੱਡਾ ਕੰਮ ਨਹੀਂ। ਤੁਸਾਂ ਮੇਰੀ ਗੱਲ ਮੰਨੋ ਜਾਂ ਫਿਰ ਕਿਹੜੀ ਗੱਲ ਮੰਨੀ ਹੈ। ਮਾਰੂਫ ਕਰ ਕੇ ਇਹਨਾਂ ਦੇ ਪਾਸੇ ਵੇਖ ਕੇ ਫਰਮਾਇਆ, ਗੱਲ ਮੇਰੀ ਸਿਰ ਤੁਸਾਂ ਇਹੋ ਮੰਨੋ, ਕੰਮ ਮੁਸ਼ਕਿਲ ਨਹੀਂ ਮਾਮੂਲੀ ਹੈ। ਗੱਲ ਮੇਰੀ ਸਮਝਿਆ। ਮਾਰੂਫ ਕਰ ਕੇ ਇਹਨਾਂ ਦੇ ਪਾਸੇ ਵੇਖਿਆ, ਲੈ ਕੰਮ ਮੁਸ਼ਕਿਲ ਨਹੀਂ ਮਾਮੂਲੀ ਹੈ, ਤੁਸਾਂ ਕਰੋ ਨਹੀਂ ਫਿਕਰ ਜ਼ਿਆਦਾ। ਕਿਸ ਵਾਸਤੇ ਨਾ ਕਰੋ, ਫਿਰ ਸਮਝੋ ਮੇਰੀ ਗੱਲ। ਬੇਸ਼ੱਕ ਤੁਹਾਡੇ ਵੇਖਣ ਚ ਬੜੀ ਮੁਸ਼ਕਿਲ ਹੈ, ਮਗਰ ਮੇਰੇ ਵਾਸਤੇ ਕੋਈ ਮੁਸ਼ਕਿਲ ਨਹੀਂ। ਜਾਂ ਫਿਰ ਕਿਉਂ ਨਹੀਂ ਮੁਸ਼ਕਿਲ? ਮਾਰੂਫ ਕਰ ਕੇ ਦੀ ਆਵਾਜ਼ ਆ ਵੀ, ਇਹ ਕੰਮ ਮੁਸ਼ਕਿਲ ਨਹੀਂ ਮਾਮੂਲੀ ਹੈ, ਤੁਸਾਂ ਕਰੋ ਨਹੀਂ ਫਿਕਰ ਜ਼ਿਆਦਾ। ਕਿਉਂ? ਤੇਰਾ ਚੀਫ ਮਨਿਸਟਰ ਪਾਣੀ ਤੇ ਉਹ ਨੌਕਰ ਨਜਫ ਦੇਸ਼ਾ। ਕੰਮ ਮੁਸ਼ਕਿਲ ਨਹੀਂ ਮਾਮੂਲੀ ਹੈ, ਤੁਸਾਂ ਕਰੋ ਨਹੀਂ ਫਿਕਰ ਜ਼ਿਆਦਾ। ਤੇਰਾ ਚੀਫ ਮਨਿਸਟਰ ਪਾਣੀ ਤੇ ਉਹ ਨੌਕਰ ਨਜਫ ਦੇਸ਼ਾ ਦਾ ਆਵਾਜ਼ਾਂ ਵੀ ਆਪ ਕੋ ਵੰਦਰ ਯਾਦ ਦੀਆਂ ਲਹਿਰਾਂ ਕੋ ਦਰਬਾਰ ਰਜ਼ਾ ਦਾ ਆਦਾ, ਤੁਸਾਂ ਰੁਕ ਜੇ ਨਾ ਤਬਦੀਲ ਕੀਤਾ ਰੁਕ ਫੇਰ ਦੇ ਸਾ ਦਰਿਆ ਦਾ। ਸੁਣੀ ਨਾ ਗੱਲ, ਤੁਰ ਪੈ ਆ ਗਏ ਆਪਣੀ ਬਸਤੀ, ਦਰਿਆ ਦੇ ਕਿਨਾਰੇ ਤੇ ਖਲੋ ਕੇ ਇਹਨਾਂ ਸਨਿਆ ਦਿੱਤਾ। ਆਖਰੀ ਲਫ਼ਜ਼ ਆ ਕੇ ਕਸੀਦਾ ਸ਼ੁਰੂ ਕਰਾ, ਆ ਕੇ ਬਸਤੀ ਦੇ ਕਰੀਬ ਦਰਿਆ ਦੇ ਕਿਨਾਰੇ ਤੇ ਖਲੋ ਗਏ, ਇਹਨਾਂ ਜਿਹੜਾ ਸਨਿਆ ਦਿੱਤਾ ਹੈ। ਅਜੀਬ ਮੰਦਰ ਇਹਨਾਂ ਦੇ ਸਾਹਮਣੇ ਆਇਆ, ਕਿਸੇ ਸ਼ਾਇਰ ਦਾ ਰੂਹ ਮੌਜੂਦ ਆ, ਉਸ ਮੰਦਰ ਕਸੀ ਕੀਤੀ ਹੈ ਕਿ ਜਿਹੜਾ ਇਹਨਾਂ ਸਨਿਆ ਦਿੱਤਾ ਤੇ ਫਿਰ ਕੀ ਹੋਇਆ। ਉਹ ਲਿਖਦਾ ਖੜ ਕੇ ਦਰਿਆ ਦੇ ਸਾਹਿਲ ਤੇ, ਕਿੰਨੀ ਲੋਕਾਂ ਆਣ ਅਪੀਲ ਹੈ। ਸੋ ਹੁਕਮ ਇਮਾਨ ਦੇ ਨੌਕਰ ਦਾ ਕੀਤੀ ਫੌਰਨ ਖਿਦਰ ਤਮੀਲ ਹੈ। ਖੜ ਕੇ ਦਰਿਆ ਦੇ ਸਾਹਿਲ ਤੇ, ਕਿੰਨੀ ਲੋਕਾਂ ਆਣ ਅਪੀਲ ਹੈ। ਸੋ ਹੁਕਮ ਇਮਾਨ ਦੇ ਨੌਕਰ ਦਾ ਕੀਤੀ ਫੌਰਨ ਖਿਦਰ ਤਮੀਲ ਹੈ। ਕਿਵੇਂ? ਅਦੇ ਕਰ ਅਲੀ ਅਲੀ ਦਰਿਆ ਦੀਆਂ ਲਹਿਰਾਂ, ਕਿੰਨਾ ਆਪਣਾ ਰੁਖ ਤਬਦੀਲ ਹੈ। ਕੰਮ ਵੇਖ ਰਜ਼ਾ ਦੇ ਨੌਕਰ ਦਾ ਪਿਆਦਾ। ਉਹ ਕਰ ਦਿੱਤਾ ਜਿਸ ਦੀ ਇਹ ਸ਼ਾਨ ਹੈ, ਇਹ ਸ਼ਾਨ ਹੈ। ਇਸੇ ਅਸੂਲ ਦੇ ਮੁਤਾਬਿਕ ਚੁੱਕੇ ਅਸਾਂ ਆਏ ਅਲੀ ਸਰਕਾਰ ਦੇ ਮਰੀ। ਮੈਂ ਚਾਹੁੰਦਾ ਕਿ ਮੈਂ ਆਪਣੇ ਬਜ਼ੁਰਗਾਂ ਭਾਈਆਂ ਦੀ ਖਿਦਮਤ ਵਿੱਚ ਆਪਣੇ ਆਗਾ ਦੀ ਸ਼ਾਨ ਦੇ ਦੋ ਮਿਸਰੇ ਪੰਜਾਬੀ ਜ਼ੁਬਾਨ ਦੇ ਕਸੀਦੇ ਦੇ ਸੁਣਾਵਾਂ। ਠੀਕ ਹੈ ਨਾ ਸਰਕਾਰ? ਜਿਸ ਤਰ੍ਹਾਂ ਹਰ ਮੁਰੀਦ ਆਪਣੇ ਪੀਰ ਦੀ ਤਾਰੀਫ ਕਰਦਾ ਹੈ, ਉਸ ਰੂਟੀਨ ਦੇ ਤਹਿਤ ਮੈਂ ਆਪਣੇ ਆਗਾ ਦੀ ਸ਼ਾਨ ਦੇ ਮਿਸਰੇ ਪੜ੍ਹਦਾ। ਹਰ ਕਿਸੇ ਨੂੰ ਆਪਣੇ ਪੀਰ ਸਲਾਮਤ ਹੋਵੇ। ਸਾਡੀ ਕਿਸੇ ਨਾਲ ਕੋਈ ਜਿੱਦ ਨਹੀਂ, ਕੋਈ ਤਕਰਾਰ ਨਹੀਂ, ਕੋਈ ਝਗੜਾ ਨਹੀਂ। ਜਿਸ ਨੂੰ ਕੋਈ ਚਾਹੇ ਮੰਨੇ ਤੇ ਜਿਤਨੀ ਚਾਹੇ ਉਸਦੀ ਤਾਰੀਫ ਕਰੇ। ਅਸਾਂ ਚੁੱਕੇ ਮੰਨਦੇ ਹਾਂ ਅਲੀ ਸਰਕਾਰ ਨੂੰ, ਨਜਫ ਦੇ ਵਾਲੀ ਨੂੰ, ਤੇ ਅਸਾਂ ਮੁਰੀਦ ਹੈ ਸਰਕਾਰ ਦੇ। ਅਸਾਂ ਕਹਿਣੀ ਆਪਣੇ ਪੀਰ ਦੀ ਤਾਰੀਫ, ਸਲਵਾਤ ਪੜੋ ਤਾਂ ਮੈਂ ਆਪਣੇ ਆਗਾ ਦੀ ਤਾਰੀਫ ਹਜਮਾ ਢੇਰ ਸਰ ਹੈ। ਸਲਵਾਤ ਦੀ ਆਵਾਜ਼ ਥੋੜ੍ਹੀ ਥੱਕੋ ਨਹੀਂ, ਸਲਵਾਤ ਉੱਤੇ
ਬੜਾ ਉੱਚਿਆ ਵਾਲ ਲਾ। ਮੇਰੀ ਗੱਲ ਦੀ ਸਮਝ ਆ ਰਹੀ ਹੈ ਨਾ? ਸਪੀਕਰ ਚ ਕੁਛ ਗੜਬੜ ਮਲੂਮ ਆਉਂਦੀ ਹੈ, ਸੁਣਿਆ ਪੁੱਛਣਾ ਸਮਝ ਆ ਰਹੀ ਹੈ? ਠੀਕ ਠਾਕ ਹਲੇ ਨਾਰਾ ਹੋ ਮੈਂ ਤਾਂ ਕਿਸੇ ਦਾ ਸ਼ੁਰੂ ਗਦੀ
ਬਹੁਤ ਮਿਹਰਬਾਨੀ ਮੇਰੇ ਬਜ਼ੁਰਗਾ, ਹੋ ਗਈ ਤਵੱਜੋ, ਸ਼ੇਰੋ ਸੁਣਾਵਾ ਥਕੇੜੇ ਲੈ ਜਾਣ, ਪਰ ਸਰ ਤਵੱਜੋ ਜਿੱਥੇ ਜਿੱਥੇ ਬੈਠੋ, ਇਨਸ਼ਾ ਅੱਲਾਹ ਤੁਸੀਂ ਮੇਰੇ ਹੱਕ ਦੀ ਦੁਆ ਕਰੇ ਸੋ, ਬੜਾ ਕਾਬਲੇ ਔਰ ਸ਼ੇਰ ਕੀ ਬਿਲਾ ਸੁਣਦੇ ਰਹਿੰਦੇ ਹੋ ਮੇਰੇ ਬਜ਼ੁਰਗਾਂ ਤੇ ਭਾਈਆਂ ਹੋ। ਅਸਾਬੇ ਕਾਫ ਦਾ ਕੁੱਤਾ ਜੰਤੀ ਪਹਿਰਾ ਜਾਂਦੀ, ਕੁੱਤਾ ਜੰਤੀ ਤੇ ਕਈ ਬੰਦੇ ਜਾਣਗੇ ਹੈਰਾਨੀ ਵਾਲੀ ਗੱਲ ਹੈ ਨਾ ਮੇਰੇ ਬਜ਼ੁਰਗਾਂ, ਉਹ ਬੰਦੇ ਕੋਲ ਜੇ ਕੁੱਤਾ ਬਾਜ਼ੀ ਲੈ ਜਾਵੇ ਮੁੜ ਬੰਦਾ ਕਹਿੰਦਾ। ਪੁੱਛਿਆ ਗਿਆ ਕਿਬਲਾ ਸਾਹਬੇ ਕਾਫ ਦੇ ਕੁੱਤੇ ਕੋਲੋਂ, ਜਿਸ ਦਾ ਨਾਂ ਹੈ ਕਿਤਮੀਰ, ਕਿਤਮੀਰ, ਕਿ ਤੂੰ ਜੋ ਕੁੱਤਾ ਹੋ ਕੇ ਜੰਤੀ ਹੈ ਨਜ਼ਰਾਇਨ ਹੈ, ਕੁੱਤਾ ਹੈ ਨਜ਼ਰਾਇਨ, ਬੰਦਾ ਹੈ ਅਸ਼ਰਫ ਮਖਲੂਕਾਤ, ਇਨਸਾਨ ਤਮਾਮ ਮਖਲੂਕਾਂ ਦੀ ਸਰਦਾਰ ਮਖਲੂਕ। ਕੁੱਤੇ ਕੋਲ ਪੁੱਛਿਆ ਗਿਆ ਤੂੰ ਨਜ਼ਰਾਇਨ ਹੋ ਕੇ ਜੰਤੀ ਤੇ ਕਈ ਬੰਦੇ ਜਹਨਮੀ, ਤੈਨੂੰ ਕਿਹੜੀ ਸ਼ਾਇਦ ਜੰਨਤ ਚ ਲੈ ਗਈ ਹੈ। ਅਸਾਬੇ ਕਾਫ ਦੇ ਕੁੱਤੇ ਜਵਾਬ ਦਿੱਤਾ ਕਿ ਮੈਨੂੰ ਸਿਰਫ ਔਰ ਸਿਰਫ ਇੱਕੋ ਚੀਜ਼ ਜੰਨਤ ਚ ਲੈ ਗਈ ਹੈ। ਇਹਨਾਂ ਕਿਹਾ ਕਿਹੜੀ ਸ਼ਾਇਦ ਤੈਨੂੰ ਜੰਨਤ ਚ ਲੈ ਗਈ ਹੈ? ਸਵਾਲ ਕਰਨ ਵਾਲਿਆਂ ਨੂੰ ਜਵਾਬ ਦੇਣਾ ਕੁੱਤਾ, ਖਿਆਲ ਮੇਰੇ ਪਾਸੇ ਬਹਿ ਮਿਸਰੇ ਤੇ ਗਾਉਣ ਜਨਾ। ਇਹਨਾਂ ਆਖਿਆ ਨਜ਼ਰਾਇਨ ਹੈ ਕੁੱਤਾ, ਕੁੱਤਾ ਹੋ ਕੇ ਜੰਤੀ ਤੂੰ ਕਿਵੇਂ ਹੋਇਆ ਹੈ? ਉਸ ਕਿਹਾ ਉਹ ਮੈਂ ਤੁਹਾਨੂੰ ਦੱਸਾਂ, ਮੈਂ ਇਸ ਵਾਸਤੇ ਜੰਤੀ ਹੋਇਆ। ਇਹਨਾਂ ਆਖਿਆ ਕਿਉਂ? ਜਵਾਬ ਵਿੱਚ ਆ ਗਿਆ ਹੈ ਮੈਂ ਸਰਦਾਰ ਮਨ ਲੈ ਮਰ ਬੰਦਨਾ ਦੁਨੀਆ ਪਾਣੀ ਅਲੀ ਨੂੰ ਸਰਦਾਰ ਮਨ ਲੈ ਮਰ।
ਮੰਨਣਾ ਦੁਨੀਆ ਬਾਨੀ ਅਲੀ ਨੂੰ ਸਰਦਾਰ ਮੰਨ ਲੈ ਮੈਂ ਮੰਨਣਾ ਏ ਦੁਨੀਆ ਬਾਨੀ ਅਲੀ ਨੂੰ ਸਰਦਾਰ ਮੰਨ ਲੈ ਦੱਸਾ ਨਬੀ ਦੀ ਜ਼ੁਬਾਨੀ ਦੱਸਾ ਨਬੀ ਦੀ ਜ਼ੁਬਾਨੀ ਸਬੂਤ ਪੁਰਾਣੀ ਅਲੀ ਨੂੰ ਸਰਦਾਰ ਮੰਨ ਲੈ ਮਰ ਸਰਦਾਰ ਮੰਨ ਲੈ ਪਾਕ ਰਸੂਲ ਦਾ ਫਰਮਾਨ ਔਰ ਅੱਲਾ ਦਾ ਹੁਕਮ ਅਲੀ ਦੀ ਸਰਦਾਰੀ ਦੇ ਮੁਤਲਕ ਤੇ ਬਾਰ ਬਾਰ ਜੋ ਪੰਜ ਬਣਿਆ ਸਪੀਕਰੇ ਚ ਮਿਲ ਕੇ ਉੱਚੀ ਆਵਾਜ਼ ਨਾਲ ਆਖਿਆ ਅਲੀ ਨੂੰ ਸਰਦਾਰ ਮੰਨ ਲੈ ਇਸ ਦੀ ਵਜ੍ਹਾ ਕਿਆ ਹੈ ਕਿਉਂ ਪਿਆਦਾ ਕਿਬਲਾ ਕਿਸ ਵਾਸਤੇ ਆਖਿਆ ਇਸੇ ਤੇ ਪੂਰੀ ਔਰ ਅਰਜ਼ ਪਿਆ ਕਰੇ ਨਾ ਮਨ ਬਿਹਤਰੀਨ ਸ਼ਹਿਰ ਸੁਣਾਵਾ ਤੁਹਾਡੀ ਮੁਹੱਬਤ ਵੇਖ ਬਜ਼ੁਰਗਾਂ ਉਹ ਖੈਬਰ ਦਾ ਮੈਦਾਨ 39 ਦਿਨ ਗੁਜ਼ਰ ਗਏ ਫੌਜਾਂ ਲੜ ਲੜ ਤੁਰਟ ਮੋਈਆਂ ਕਿਲੇ ਦੀ ਛਲੀ ਕੋਈ ਨਾ ਸਿਰਫ ਦੋ ਕਿਸਮ ਦੀ ਬਹਾਦਰੀ ਹੋਈ ਇੱਕ ਤਾਂ ਜੋ ਅਲੱਗ ਰੋਜ਼ ਨਵਾਂ ਬਣ ਰਹਿੰਦੇ ਹਨ ਤੇ ਦੂਜੀ ਇਹ ਜਿਹੜਾ ਰਸ ਲੈ ਹਨ ਸਾਰਾ ਪੁਰਬਾਸ ਮਕਸਦ ਕਰਾਂ ਕਿਬਲਾ 40ਵਾਂ ਦਿਨ ਨੇ ਅਲੀ ਅਲੈਹਿ ਸਲਾਮ ਲਗੇ ਜ਼ਮੀਨੋ ਆਸਮਾਨ ਆਫੇ ਦੇ ਕੁਰਾਨ ਬਰਹਕ ਇਮਾਮ ਕੁੱਲੇ ਇਮਾਨ ਅੱਲਾ ਦਾ ਖਾਨ ਆਜ਼ਾਦ ਮੁਹੰਮਦ ਦਾ ਦਮਾਦ ਜਬਰੀਲ ਦਾ ਉਸਤਾਦ ਹਰ ਜੰਗ ਦਾ ਗਾਜ਼ੀ ਬਿਹਤਰੀਨ ਨਮਾਜ਼ੀ ਚਿਰਾਗੇ ਉਸਨੋ ਜਮਾਲ ਮੰਬੈ ਫਜ਼ਲ ਕਮਾਲ ਹਮਲੇ ਫੁਲਕੇ ਅਜ਼ੀਮ ਰੋਸ਼ਨ ਜਬੀਨ ਵਾਕਿਫ ਮੁਆਕਿਫ ਨਾਸੂ ਦਾਰਫ ਮੁਆਰਫ ਲਾਹੂਦ ਮੁਜਦ ਇਸਲਾਮ ਨਾਲ ਤੇ ਕੁਰਾਨ ਨਾਲ ਸਰੀ ਕਰੀਮੋ ਫਰੀਦ ਹਕੂਮਤ ਮੇਰੇ ਬਜ਼ੁਰਗਾਂ ਉਹ ਜੇ ਨਬੀ ਨਬੀ ਏ ਤਾਂ ਅਲੀ ਅਲੀ ਏ ਜਿਵੇਂ ਨਬੀ ਏ ਉਸੇ ਤਰ੍ਹਾਂ ਅਲੀ ਏ ਨਬੀ ਸਰਵਰੇ ਅਲੀ ਸਰਦਾਰੇ ਨਬੀ ਬਦਲੇ ਅਲੀ ਸਰੇ ਨਬੀ ਸਾਰੇ ਅਲੀ ਦਾਰੇ ਜਿਵੇਂ ਨਬੀ ਏ ਉਵੇਂ ਅਲੀ ਏ ਜਿਹਦਾ ਨਬੀ ਏ ਉਹਦਾ ਅਲੀ ਏ ਜੇ ਤਾਂ ਹੀ ਨਬੀ ਏ ਉਹ ਤਾਂ ਹੀ ਅਲੀ ਏ ਜਿੱਥੋਂ ਤੱਕ ਨਬੀ ਉੱਥੋਂ ਤੱਕ ਕਰੀਏ ਇਹ ਹਸਤੀ ਕਿਬਲਾ ਆ ਗਈ ਮੈਦਾਨ ਚ ਬਜ਼ੁਰਗ ਲਿਖਦੇ ਨੇ ਕਿ ਜਿਹੜੇ 39 ਦਿਨ ਗੁਜ਼ਰੇ ਹਨ ਜਿਤਨੇ ਜਵਾਨ ਹਨ ਮੁਹੰਮਦ ਦੇ
ਜਿਹੜਾ ਜਵਾਨ ਮੈਦਾਨ ਚ ਆਇਆ, ਮੈਂ ਰੱਬ ਦੀ ਆਦਤ ਆਈ, ਬਾਰੀ ਖੋਲ ਕੇ ਵੇਖੇ, ਆਖਿਆ ਮੈਂ ਆਵਾ, ਜਿਹੜਾ ਵੀ ਹੋਵੇ ਲੰਮ ਸੜ ਕੇ ਵਾਪਸ। ਜਿਹੜਾ 40ਵੇਂ ਦਿਨ ਸਰਕਾਰ ਮੈਦਾਨ ਚ ਆਏ, ਬਜ਼ੁਰਗ ਫਰਮਾਉਂਦੇ ਆ ਲੜੀ ਦੇ ਘੋੜੇ ਤੇ ਸੁਣ ਮੈਦਾਨ ਦੇ ਚਿੰਝ ਲੱਗੇ ਜਿਵੇਂ ਨਕਾਰੇ ਤੇ ਚੋਟ ਲੱਗਦੀ ਹੈ, ਕਰਕਾਲ ਪੈਦਾ ਹੋਇਆ, ਸ਼ੋਰ ਮਚਿਆ ਹੈ, ਮਰਮ ਨੇ ਜੂਮੀ ਪਾਇਆ ਹੋਇਆ ਹੈ, ਪੁੱਛਦਾ ਹੈ ਕਿਆ ਸ਼ੋਰ ਮਚ ਗਿਆ, ਕਿਆ ਕਰਕਾਲ ਹੈ, ਕਿਉਂ ਕੰਬਾ ਰਹੇ ਖੈਬਰ ਚ, ਇਹ ਵੇਖ ਕਿਆ ਜਿਹੜਾ ਤੂੰ ਤਾਰੀਆਂ ਦੀ ਆ ਰਿਹਾ ਜਵਾਨਾ, ਤੂੰ ਜਵਾਨ ਨਹੀਂ ਹੈ, ਜੇ ਹੋਰ ਜਵਾਨ, ਇਹਨਾਂ ਘੋੜਾ ਵੀ ਹੋਰ ਰੰਗਦਾ ਹੈ, ਤੁਲਾ ਵੀ ਹੋਰ ਰੰਗਦਾ ਹੈ, ਤੇ ਸਾਨੀ ਚੋਂ ਨੂਰ ਨਿਕਲਦਾ ਹੈ, ਸਾਰਾ ਮੈਦਾਨ ਮੁਨੱਵਰ, ਤੇਰੀ ਮੌਤ ਇਸੇ ਜਵਾਨ ਦੇ ਹੱਥ ਚ।
ਸੋਹਣਾ ਸੁਣਿਆ, ਮੌਲਾ ਤੈਨੂੰ ਸਲਾਮਤ ਰੱਖੇ, ਥੋੜੀ ਜੀ ਤਨਹੀਂ ਫਿਰ ਆਖਾਂ ਜੀ ਜੀ ਲੱਖ ਦਫਾ ਕੋਈ ਜਲਦੀ ਨਹੀਂ ਮੇਰੇ ਬਜ਼ੁਰਗਾਂ, ਮੈਂ ਤੇ ਲੱਖ ਵਾਰੀ ਪੜ੍ਹਾਂ ਅਰਜ਼ ਪਿਆ ਕਰੇ ਨਾ ਮੈਂ ਹੂੰ ਬਨ ਲੇ ਦਾ ਮੌਤ ਦੀ ਮੈਂ ਦੀ ਲਾਈ ਜਦਿਲਾ ਮੇਰੇ ਬਜ਼ੁਰਗਾਂ ਤੇ ਭਾਈਆਂ ਆਈਏ ਉਹ ਰਾਤ ਜਿਹੜੀ ਅੱਜ ਪਈ ਆਉਂਦੀ 10 ਮੁਹਰਮ ਦੀ ਰਾਤ ਹੈ, ਇੱਕ ਖੈਮਾ ਹੈ ਜਿਸ ਵਿੱਚ 3 ਛਬੀਆਂ ਖਲੋਤੀਆਂ, ਇੱਕ ਛਬੀ ਮੁਹੰਮਦ ਮੁਸਤਫਾ ਦੀ ਸ਼ਹਿਜ਼ਾਦਾ ਅਲੀ ਅਕਬਰ, ਦੂਸਰੀ ਛਬੀ ਅਲੀ ਅਲੈਹਿਸਲਾਮ ਦੀ ਜਨਾਬ ਅਬਾਸ, ਤੀਸਰੀ ਛਬੀ ਸਰਕਾਰ ਹਸਨ ਦੀ, ਇਹੋ 13 ਸਾਲਾਂ ਦਾ ਯਤੀਮ। ਮੇਰੇ ਬਜ਼ੁਰਗਾਂ ਜਨਾਬ ਅਲੀ ਅਕਬਰ ਦੀ ਆਵਾਜ਼ ਦੀ ਚਾਚਾ ਅਬਾਸ ਜੀ ਮੇਰਾ ਬੱਚਾ ਜਿਹੜਾ ਕੱਲ ਦਿਨ ਚਰਸੀ ਸਭ ਤੋਂ ਪਹਿਲੇ ਮੈਦਾਨ ਵਿੱਚ ਮੈਂ ਵੈਸਾ, ਜਨਾਬ ਅਬਾਸ ਫਰਮੈਨੇ ਮੇਰਾ ਲਾਲ ਤੇਰੇ ਬੰਜਣ ਨਾਲ ਤੇਰੇ ਬਾਬੇ ਦੀ ਕਮਰ ਤਰੁੱਟ ਵੈਸੀ, ਤੂੰ ਨਾ ਮੰਨੇ ਮੈਂ ਵੈਸਾ, ਜਨਾਬ ਅਬਾਸ ਜਿਹੜੇ ਆਖਿਆ ਨਾ ਮੈਂ ਵੈਸਾ, ਅਲੀ ਅਕਬਰ ਦੀ ਆਵਾਜ਼ ਦੀ ਚਾਚਾ ਤੁਹਾਡੇ ਬੰਜਣ ਨਾਲ ਤੁਸਾਂ ਮੇਰੇ ਬਾਬੇ ਦੇ ਭਾਈ ਹੋ, ਮੇਰੇ ਬਾਬੇ ਦੀ ਅੱਖੀ ਦਾ ਨੂਰ ਗੁੰਮ ਹੋ ਸੀ, ਤੁਸਾਂ ਨਾ ਮੰਨਿਆ ਹੈ ਮੈਂ ਵੈਸਾ, ਇਹੋ ਇਸਰਾਰ ਹੈ ਜਨਾਬ ਅਬਾਸ ਫਰਮੈਨ ਮੈਂ ਵੈਸਾ, ਸ਼ਹਿਜ਼ਾਦਾ ਅਲੀ ਅਕਬਰ ਆਜਾ ਮੈਂ ਵੈਸਾ, ਇਹੋ ਗੱਲਾਂ ਪਈਆਂ ਹੋਣੀਆਂ ਜਾਂ ਪਾਸੇ ਦੇ ਨਾਲੋਂ ਇਸੇ 13 ਸਾਲਾਂ ਜਵਾਨ ਦੀ ਆਵਾਜ਼ ਦੀ ਭਾਈ ਅਲੀ ਅਕਬਰ ਤੇ ਚਾਚਾ ਅਬਾਸ ਜੀ ਕਾਸਿਮ ਆਵਾਜ਼ ਦੀ ਮੈਦਾਨ ਵਿੱਚ, ਨਾ ਚਾਚਾ ਅਬਾਸ ਸਵੇਰੇ ਤੁਸਾਂ ਵੰਜਿਆ, ਨਾ ਭਾਈ ਅਲੀ ਅਕਬਰ ਵੰਜੇ ਆਵਾਜ਼ ਦੀ, ਕਿਉਂ ਅਮੀਰ ਕਾਸਿਮ ਦੀ ਆਵਾਜ਼ਾਂ ਦੀ ਕਿ ਇੱਕ ਦੇ ਵੰਜਣ ਨਾਲ ਮੇਰੇ ਚਾਚੇ ਹੁਸੈਨ ਦੀ ਅੱਖੀ ਦਾ ਨੂਰ ਗੁੰਮ ਹੋ ਸੀ, ਇੱਕ ਦੇ ਵੰਜਣ ਨਾਲ ਮੇਰੇ ਚਾਚੇ ਦੀ ਕਮਰ ਤਰੁੱਟ ਵੈ ਸੀ, ਇਸ ਵਾਸਤੇ ਤੁਸਾਂ ਨਾ ਵੰਜਿਆ ਹੈ ਆਵਾਜ਼ ਦੇ ਆਸਾਂ ਜੋ ਨਾ ਵੰਜੂ, ਤੇ ਕੌਣ ਵੈ ਸੀ ਕਾਸਿਮ ਦੀ ਆਵਾਜ਼ਾਂ ਦੀ ਮੈਦਾਨ ਵਿੱਚ ਹਰ ਤੋਂ ਪਹਿਲੇ ਮੈਂ ਵੈ ਸੀ, ਕਿਸ ਵਾਸਤੇ ਆਵਾਜ਼ਾਂ ਦੀ ਮੇਰੇ ਵੰਜਣ ਨਾਲ ਲੱਗਾ ਹੈ ਕਿ ਅੱਖੀ ਦਾ ਨੂਰ ਗੁੰਮ ਹੋ ਸੀ, ਨਾ ਕਿਸੇ ਦੀ ਕਮਰ ਤਰੁੱਟ ਸੀ, ਮੈਂ ਬੇਵਾ ਮਾਂ ਦਾ ਪੁੱਤਰਾ ਮੈਦਾਨ ਵਿੱਚ ਮਾਰਿਆ ਵੈ ਸਾ, ਕਿਸੇ ਦੀ ਮਰਜ਼ੀ ਮੇਰੀ ਲਾਸ਼ ਤੇ ਰੋ ਅਬਾਸ ਮੱਥਾ ਚੁੰਮ ਕੇ ਫਰਮਾਇਆ ਨਾ ਮੇਰਾ ਲਾਲ ਕਹਿ ਦੱਸੀ ਜੋ ਤੂੰ ਯਤੀਮ ਹੈ ਤੂੰ ਬੇਵਾਰਿਸ, ਬਸ ਤੇਰਾ ਭਾਈ ਮੌਲਾ ਤੁਹਾਨੂੰ ਸਲਾਮਤ ਰੱਖੇ, ਹੋਗੀ ਤਵੱਜੋ ਮੇਰੇ ਬਜ਼ੁਰਗਾਂ, ਮੌਲਾ ਤੁਹਾਨੂੰ ਸਲਾਮਤ ਰੱਖੇ, ਸਾਰੇ ਮਜ਼ਮੂਨ ਦਾ ਵਕਤ ਨਹੀਂ, ਸਿਰਫ ਹੀ ਉਹ ਪੁੱਛਾ ਆਖਾ ਚੜਿਆ ਉਹ ਦਿਨ ਜਿਹੜਾ ਕੱਲ ਚੜ੍ਹਸੀ, ਨਾ ਚੜਿਆ ਤੇ ਨਾ ਰੁੱਲਾ ਨਾ ਸਹਾਰਾ ਦੀਆਂ ਦੀਆਂ ਸ਼ਹਿਜ਼ਾਦਾ ਅਮੀਰ ਕਾਸਿਮ ਚਾਚੇ ਤੋਂ ਇਜਾਜ਼ਤ ਲੈ ਕੇ ਖਯਾਮ ਵਿੱਚ ਮਿਲ ਕੇ
میدان چایا ہے. ایک لفظ آکھا چونکہ میرے کو ٹائم ہی کچھ ہے لفظ سمجھ دیا ہو میرے بزرگاؤ کبلا زیدی صاحب فرمیندے ہوندے نے شہزادہ میدان چایا ہے بڑی جنگ کیتی ہے کیونکہ شک دی گنجائش نہیں علی دا پوت رہا بڑی جنگ کیتی ہے لاہور والے عالم سید کبلا زیدی صاحب میرے سیدا ہو بزرگا ہو بھائیاں تے عزیزا ہو تے سیدا نے منن والے ہو فرمیندے ہوندے نے جناب حسن دا یتیم سین فروا دی رلے پہ دی 13 سال دی محنت شہزادہ امیر قاسم 10 محرم دے دن نو جتنا تک میدان کربلا زین تیرے آئے قاسم رے میری گل سمجھے جے رونے او فرمیندن شہزادہ قاسم حسن دا یتیم سین فروا دی رلے پہ دی محنت 10 محرم دے دن جے تائی زین تے ہا قاسم ہا جدہ لکھا ہے تقسیم ہو میرے بزرگاں تے بھائیوں ایک لفظ اور سنو ہر شہید جڑا 10 محرم دے دن گھوڑے تلاندا رہے تاریخ وچ ملدا ہے کسے شہید گھوڑے تلاندے آواز دتی ہے بابا میں لے پیا کسے آکھیا ماما میں لے پیا مگر جڑا اے سارا دا لکھا ہے نا اس عجیب جی آواز دتی اور کتاب چاہے کہ جڑا زین تو جھکیا ہے نہ ایسا کہ چاچا میں لہ پیا نہ آخیا بابا میں لہ پیا تاریخ چاہے خیام دے پاسے ڈٹھا سو حد دراز کر کے ہولے ہولے رو کے دے اماں میں لہندا پیا آباد رہے بس دے رہو بھائی مولا تونوں سلامت رکھے پہلی آواز دے دیتی اس اماں میں لہندا پیا جل جواب نہیں نہ آیا تے تو دی آواز جڑی دیتی ہے وہ میں بند پیا بڑھنا آباد رہو پہلی آواز یہ آخر جو اماں میں لہندا پیا تے دوجی آواز جڑا ماں دے پاسوں کوئی جواب نہیں آیا تے دوسرے پاسے ڈٹھا ہے ویکھ کے عجیب دی آواز دتی ہے اگر بند سمجھ جا گیا تے رون واسطے کافی ہو سی دوجے پاسے کیا دے یتیم نرا یتیم نرا سمجھ کے تے ہن لاش یتیم تے آوے واس کے برسے گردا میری تات لانا کبلا بجا میں گھوڑے
ਦਿੱਤੀ ਇਸ ਸ਼ਬੀਰ ਕਿਬਲਾ ਤੁਰਿਆ ਮੈਦਾਨ ਦੇ ਪਾਸੇ ਕਿਤਾਬਾਂ ਚਾਹੇ ਪੱਗ ਦੇ ਪੇਚ ਖੁੱਲ ਕੇ ਗਲੇ ਪਾਇਆ ਹੋਇਆ ਕਮਰ ਚੁੱਕੀ ਹੋਈ ਹੈ ਤੁਰਦੇ ਵੀ ਆਉਂਦੇ ਨੇ ਰੋ ਕੇ ਫਰਮੇ ਨੇ ਕਿੱਦਾਂ ਲੱਥਾ ਮੇਰੇ ਵੀਰ ਦੀ ਨਿਸ਼ਾਨੀ ਜਿਹੜੇ ਮਾਂ ਮਾਵਾ ਦਿੱਤੀ ਹੈ ਕਿਬਲਾ ਕਿਤਾਬਾਂ ਚਾਹੇ ਸੈਯਦ ਨੇ ਜੋ ਬੁਲਾਇਆ ਹਰ ਪਾਸੋਂ ਹਵਾ ਰਹਿੰਦੀ ਹੈ ਲੱਭੈਕ 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 ਕਿਉਂ ਕਿਬਲਾ ਇੱਕ ਮਕਾਮ ਤੂੰ ਜਵਾਬ ਨਹੀਂ ਆਇਆ ਇਸ ਵਾਸਤੇ ਨਹੀਂ ਆਇਆ ਸ਼ਬੀਰ ਦੇ ਪਹੁੰਚਣ ਤੋਂ ਪਹਿਲੇ ਕਾਸਿਮ ਦੀ ਲਾਸ਼ ਤੇ ਘੋੜੇ ਵੱਜ ਗਏ ਉਹ ਗੈਰਤ ਮਨ ਮੌਲਾਈ ਆ ਉਹ ਜਿਹੜਾ ਸੈਯਦ ਨੇ ਛੜੀ ਯਤੀਮ ਭਤਰੀਜੇ ਦੇ ਟੁਕੜੇ ਇਮਾਮ ਦੇ ਖਿਆਲ ਕੀਤਾ ਹੈ ਅਗਰ ਮੈਂ ਇਸ ਤਰੀਕੇ ਨਾਲ ਕਾਸਿਮ ਦੀ ਲਾਸ਼ ਇਕੱਠੀ ਕਰਾਂ ਤੇ ਕਿਵੇਂ ਕਰਾਂ ਸੈਯਦ ਨੇ ਕਿਬਲਾ ਮੁੰਡੇ ਤੂੰ ਆਬਾਦ ਆ ਕੇ ਮੈਦਾਨ ਚ ਵਿਛਾਈ ਥੋੜਾ ਜਿਹਾ ਸੋਚ ਕੇ ਕਿਬਲਾ ਜਿਵੇਂ ਮਾਲੀ ਫੁੱਲ ਚੁਣਦਾ ਹੈ ਕੋਈ ਟੁਕੜਾ ਕਿਸੇ ਜਾ ਤੂੰ ਚਾਹੇ ਕੋਈ ਟੁਕੜਾ ਕਿਸੇ ਜਾ ਤੂੰ ਚਾਹੇ ਕੋਈ ਟੁਕੜਾ ਕਿਸੇ ਜਾ ਤੂੰ ਚਾਹੇ ਇਮਾਮ ਚਾਹੁੰਦਾ ਵੱਡਾ ਹੈ ਜਾਂ ਇੱਕ ਨਕਾਬ ਪੋਚ ਦੀ ਆਵਾਜ਼ ਨੀ ਬਿਸਮਿਲਾ ਹੈ ਹੱਥ ਵੀ ਲਈ ਵਾਲ ਇਮਾਮ ਦੀ ਆਵਾਜ਼ ਨੀ ਤੂੰ ਕਾਵੜੇ ਮੈਂ ਗਰੀਬ ਤੇ ਮਿੰਨਤ ਲਾਵਣ ਵਾਲਾ ਆਵਾਜ਼ ਆਉਂਦੀ ਮੈਂ ਤੇਰਾ ਬਾਬਾ ਅਲੀ ਆ ਗੈਰਤ ਮੰਨਾ ਹੋ ਇਸ ਦੇ ਬਾਅਦ ਇੱਕ ਹੋਰ ਨਕਾਬ ਪੋਚ ਜਿਸ ਦੀ ਆਵਾਜ਼ ਆਉਂਦੀ ਹੈ ਗਾਣੇ ਵਾਲੀ ਬਾਹ ਵੀ ਲਈ ਵਾਲ ਆਵਾਜ਼ ਆਉਂਦੀ ਤੂੰ ਕਾਵੜੇ ਆਵਾਜ਼ ਨੀ ਮੈਂ ਤੇਰਾ ਵੀਰ ਹਸਾਰਾ ਤੇਰੀ ਇਮਦਾਦ ਵਾਸਤੇ ਆਇਆ ਬੀਬੀ ਕਿਬਲਾ ਹੈਰਾਨ ਹੋ ਕੇ ਪੁੱਛਦੀ ਮੌਲਾ ਜੀ ਪਰ ਜਾਈ ਬੀਬੀ ਆਦੀ ਕਿਆ ਮੇਰੇ ਕਾਸਿਮ ਵਫਾ ਨਹੀਂ ਕੀਤੀ ਸੈਯਦ ਫਰਮਾਇਆ ਪਰ ਜਾਈ ਜਿਵੇਂ ਤੇਰੇ ਕਾਸਿਮ ਵਫਾ ਕੀਤੀ ਕਿਸੇ ਸਹੀ ਭਈ ਪਰਗ ਗੁਲੇਂਦੀਆਂ ਗੁਲੇਂਦੀਆਂ